ਗਰਮੀ ਦਾ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ। ਜੇਕਰ ਜਲੰਧਰ ਦੀ ਗੱਲ ਕਰੀਏ ਤੇ 40 ਡਿਗਰੀ ਸੈਲਸੀਅਸ ਤੋਂ ਟੈਂਪਰੇਚਰ ਜਿਹੜਾ ਕਿ ਉੱਪਰ ਜਾ ਰਿਹਾ ਵਾ, ਕਿਉਂਕਿ ਦੁਪਹਿਰ ਹੁੰਦੇ ਹੁੰਦੇ ਜਿਹੜਾ ਟੈਂਪਰੇਚਰ ਹੈ 44-45 ਡਿਗਰੀ ਤੱਕ ਪਹੁੰਚ ਜਾਂਦਾ। ਇਹਦੇ ਨਾਲ ਨਾਲ ਜਿਹੜੀ ਗਰਮ ਹਵਾਵਾਂ ਚੱਲਦੀਆਂ ਪਈਆਂ ਉਹਦੇ ਕਾਰਨ ਵੀ ਲੋਕਾਂ ਨੂੰ ਕੰਮ ਕਾਜ ਕਰਨ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਪਈ ਹੈ, ਕਿਉਂਕਿ ਡਾਕਟਰਾਂ ਵੱਲੋਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਜਿਹੜੇ 12 ਵਜੇ ਤੋਂ ਲੈ ਕੇ 4 ਵਜੇ ਦਾ ਸਮੇਂ ਹੈ ਉਹ ਬਹੁਤ ਹੀ ਖਤਰਨਾਕ ਸਮੇਂ ਹੁੰਦਾ, ਕਿਉਂਕਿ ਉਦੋਂ ਯੂਵੀ ਰੇ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਤੇ ਉਸ ਵਕਤ ਅਗਰ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਲੋਕ ਘਰ ਵਿੱਚੋਂ ਬਾਹਰ ਨਿਕਲਣ, ਉਸ ਤੋਂ ਇਲਾਵਾ ਘਰਾਂ 'ਚੋਂ ਜਿਹੜਾ ਕੀ ਆ ਬਾਹਰ ਨਾ ਨਿਕਲਣ। ਉਸ ਤੋਂ ਇਲਾਵਾ ਡਾਇਟ ਨੂੰ ਲੈ ਕੇ ਬੜੀ ਇੰਸਟਰਕਸ਼ਨ ਦਿੱਤੀ ਗਈ ਹੈ, ਕਿਹਾ ਜਾ ਰਿਹਾ ਕਿ ਬਾਰ ਬਾਰ ਲਿਕੁਇਡ ਡਾਇਟ ਦੇ ਉੱਤੇ ਜਿਹੜਾ ਕਿ ਧਿਆਨ ਦਿੱਤਾ ਜਾਵੇ, ਖਾਸ ਕਰ ਜੂਸ ਪੀਤੇ ਜਾਵੇ, ਨਾਰੀਅਲ ਪਾਣੀ ਪੀਤਾ ਜਾਵੇ ਜਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀ ਕੇ ਖੁਦ ਨੂੰ ਹਾਈਡਰੇਟ ਰੱਖਿਆ ਜਾਵੇ, ਬਾਹਰ ਦੀ ਚੀਜ਼ਾਂ ਜਿਹੜੀਆਂ ਉਹ ਅਵੋਇਡ ਕੀਤੀ ਜਾਵੇ, ਕਿਉਂਕਿ ਉਹਦੇ ਨਾਲ ਜਿਹੜੀ ਕਿ ਸਿਹਤ ਵੀ ਖਰਾਬ ਹੋਊਗੀ ਤੇ ਗਰਮੀ ਵਿੱਚ ਉਹਦਾ ਅਸਰ ਬਹੁਤ ਹੀ ਮਾੜਾ ਹੋਊਗਾ, ਚਾਹੇ ਉਹ ਸਕਿਨ ਦੇ ਉੱਤੇ ਹੋਵੇ ਜਾਂ ਫਿਰ ਹੋਰ ਕੋਈ ਬਿਮਾਰੀ ਹੋਵੇ ਉਹਦਾ ਅਸਰ ਬਹੁਤ ਜ਼ਿਆਦਾ ਮਾੜਾ ਹੋਊਗਾ। ਇਸ ਲਈ ਬਾਰ ਬਾਰ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਜੇ ਜ਼ਰੂਰੀ ਕੰਮ ਹੈ ਤਾਂ ਹੀ ਘਰ ਦੇ ਵਿੱਚ ਬਾਹਰ ਨਿਕਲੇ, ਕਿਉਂਕਿ ਜਿਹੜੀ ਗਰਮ ਹਵਾ ਚੱਲਦੀ ਪਈ ਹੈ ਉਹਦੇ ਨਾਲ ਜਿਹੜਾ ਕਿ ਗਰਮ ਸਰਦ ਹੋਣ ਦਾ ਡਰ ਹਰ ਵਕਤ ਬਣਿਆ ਰਹਿੰਦਾ ਵੈ ਤੇ ਤਬੀਅਤ ਜਿਹੜੀ ਕੀ ਹੈ ਜਲਦੀ ਖਰਾਬ ਹੋਣ ਦਾ ਡਰ ਰਹਿੰਦਾ ਵੈ, ਤੇ ਖੁਦ ਨੂੰ ਸਿਹਤਮੰਦ ਰੱਖਣ ਲਈ ਜਿਹੜਾ ਕਿ ਸਵੇਰੇ ਐਕਸਰਸਾਈਜ਼ ਵੀ ਕੀਤੀ ਜਾਵੇ ਤਾਂ ਕਿ ਜਿਹੜਾ ਸਰੀਰ ਹੈ ਉਹ ਬੰਦੇ ਦਾ ਤੰਦਰੁਸਤ ਰਹੇ। ਉਸ ਤੋਂ ਇਲਾਵਾ ਖੁਦ ਨੂੰ ਬਚਾਉਣ ਲਈ ਜਿਹੜਾ ਕਿ ਵੱਧ ਤੋਂ ਵੱਧ ਜਿਹੜਾ ਕੀ ਹੈ ਪਾਣੀ ਪੀਤਾ ਜਾਵੇ। ਮਾਰਕੀਟ ਦੀ ਗੱਲ ਕਰੀਏ ਤੇ ਮਾਰਕੀਟ ਦੇ ਲੋਕਾਂ ਦਾ ਵੀ ਕਹਿਣਾ ਕਿ ਮਾਰਕੀਟ ਦਾ ਹਾਲ ਬਹੁਤ ਮਾੜਾ ਹੋਇਆ ਪਿਆ, ਕਿਉਂਕਿ ਜਿਹੜੇ ਕਸਟਮਰ ਹੈ ਉਹ ਘਰੋਂ ਬਾਹਰ ਨਹੀਂ ਨਿਕਲਦੇ ਪਏ ਹੈਗੇ, ਕੋਈ ਟਾਵਾਂ ਟਾਵਾਂ ਕਸਟਮਰ ਹੀ ਆ ਰਿਹਾ ਜਾਂ ਫਿਰ ਸ਼ਾਮ ਦੇ ਵੇਲੇ ਜਿਹੜੇ ਕੁਝ ਕਸਟਮਰ ਆ ਰਹੇ, ਕਿਉਂਕਿ ਗਰਮੀ ਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਵੀ ਜਿਹੜਾ ਕਿ ਹੋ ਰਿਹਾ, ਕਿਉਂਕਿ ਕੋਈ ਵੀ ਮੌਸਮ ਜਦੋਂ ਜ਼ਿਆਦਾ ਆਪਣੇ ਕਹੀਏ ਤੇ ਰੁੱਦਰ ਰੂਪ ਵਿੱਚ ਹੁੰਦਾ ਵੈ, ਜਦੋਂ ਜ਼ਿਆਦਾ ਗਰਮੀ ਹੋਵੇ ਜਾਂ ਜ਼ਿਆਦਾ ਠੰਡ ਹੋਵੇ ਉਹ ਕਿਤੇ ਨਾ ਕਿਤੇ ਜਿਹੜਾ ਕਿ ਨੁਕਸਾਨ ਕਰਦੀ ਹੈ। ਇਸ ਲਈ ਲੋਕਾਂ ਤੋਂ ਬਾਰ ਬਾਰ ਅਪੀਲ ਇਹੀ ਕਰਦੇ ਪਏ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਖੁਦ ਨੂੰ ਹਾਈਡਰੇਟ ਰੱਖਿਆ ਜਾਵੇ ਤੇ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਵਿੱਚ ਬਾਹਰ ਨਿਕਲੇ, ਨਹੀਂ ਤਾਂ ਖੁਦ ਨੂੰ ਜਿਹੜਾ ਗਰਮੀ ਤੋਂ ਬਚਾ ਕੇ ਰੱਖਿਆ ਜਾਵੇ। ਗਰਮੀ ਦਾ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ, ਜੇਕਰ ਜਲੰਧਰ ਦੀ ਗੱਲ ਕਰੀਏ ਤੇ 40 ਡਿਗਰੀ ਸੈਲਸੀਅਸ ਤੋਂ ਟੈਂਪਰੇਚਰ ਜਿਹੜਾ ਕਿ ਉੱਪਰ ਜਾ ਰਿਹਾ ਵਾ, ਕਿਉਂਕਿ ਦੁਪਹਿਰ ਹੁੰਦੇ ਹੁੰਦੇ ਜਿਹੜਾ ਟੈਂਪਰੇਚਰ ਹੈ 44-45 ਡਿਗਰੀ ਤੱਕ ਪਹੁੰਚ ਜਾਂਦਾ। ਇਹਦੇ ਨਾਲ ਨਾਲ ਜਿਹੜੀ ਗਰਮ ਹਵਾਵਾਂ ਚੱਲਦੀਆਂ ਪਈਆਂ ਉਹਦੇ ਕਾਰਨ ਵੀ ਲੋਕਾਂ ਨੂੰ ਕੰਮ ਕਾਜ ਕਰਨ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਪਈ ਹੈ, ਕਿਉਂਕਿ ਡਾਕਟਰਾਂ ਵੱਲੋਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਜਿਹੜੇ 12 ਵਜੇ ਤੋਂ ਲੈ ਕੇ 4 ਵਜੇ ਦਾ ਸਮੇਂ ਹੈ ਉਹ ਬਹੁਤ ਹੀ ਖਤਰਨਾਕ ਸਮੇਂ ਹੁੰਦਾ, ਕਿਉਂਕਿ ਉਦੋਂ ਯੂਵੀ ਰੇ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਤੇ ਉਸ ਵਕਤ ਅਗਰ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਲੋਕ ਘਰ ਵਿੱਚੋਂ ਬਾਹਰ ਨਿਕਲਣ, ਉਸ ਤੋਂ ਇਲਾਵਾ ਘਰਾਂ 'ਚੋਂ ਜਿਹੜਾ ਕੀ ਆ ਬਾਹਰ ਨਾ ਨਿਕਲਣ। ਉਸ ਤੋਂ ਇਲਾਵਾ ਡਾਇਟ ਨੂੰ ਲੈ ਕੇ ਬੜੀ ਇੰਸਟਰਕਸ਼ਨ ਦਿੱਤੀ ਗਈ ਹੈ, ਕਿਹਾ ਜਾ ਰਿਹਾ ਕਿ ਬਾਰ ਬਾਰ ਲਿਕੁਇਡ ਡਾਇਟ ਦੇ ਉੱਤੇ ਜਿਹੜਾ ਕਿ ਧਿਆਨ ਦਿੱਤਾ ਜਾਵੇ, ਖਾਸ ਕਰ ਜੂਸ ਪੀਤੇ ਜਾਵੇ, ਨਾਰੀਅਲ ਪਾਣੀ ਪੀਤਾ ਜਾਵੇ ਜਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀ ਕੇ ਖੁਦ ਨੂੰ ਹਾਈਡਰੇਟ ਰੱਖਿਆ ਜਾਵੇ, ਬਾਹਰ ਦੀ ਚੀਜ਼ਾਂ ਜਿਹੜੀਆਂ ਉਹ ਅਵੋਇਡ ਕੀਤੀ ਜਾਵੇ, ਕਿਉਂਕਿ ਉਹਦੇ ਨਾਲ ਜਿਹੜੀ ਕਿ ਸਿਹਤ ਵੀ ਖਰਾਬ ਹੋਊਗੀ ਤੇ ਗਰਮੀ ਵਿੱਚ ਉਹਦਾ ਅਸਰ ਬਹੁਤ ਹੀ ਮਾੜਾ ਹੋਊਗਾ, ਚਾਹੇ ਉਹ ਸਕਿਨ ਦੇ ਉੱਤੇ ਹੋਵੇ ਜਾਂ ਫਿਰ ਹੋਰ ਕੋਈ ਬਿਮਾਰੀ ਹੋਵੇ ਉਹਦਾ ਅਸਰ ਬਹੁਤ ਜ਼ਿਆਦਾ ਮਾੜਾ ਹੋਊਗਾ। ਇਸ ਲਈ ਬਾਰ ਬਾਰ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਜੇ ਜ਼ਰੂਰੀ ਕੰਮ ਹੈ ਤਾਂ ਹੀ ਘਰ ਦੇ ਵਿੱਚ ਬਾਹਰ ਨਿਕਲੇ, ਕਿਉਂਕਿ ਜਿਹੜੀ ਗਰਮ ਹਵਾ ਚੱਲਦੀ ਪਈ ਹੈ ਉਹਦੇ ਨਾਲ ਜਿਹੜਾ ਕਿ ਗਰਮ ਸਰਦ ਹੋਣ ਦਾ ਡਰ ਹਰ ਵਕਤ ਬਣਿਆ ਰਹਿੰਦਾ ਵੈ ਤੇ ਤਬੀਅਤ ਜਿਹੜੀ ਕੀ ਹੈ ਜਲਦੀ ਖਰਾਬ ਹੋਣ ਦਾ ਡਰ ਰਹਿੰਦਾ ਵੈ, ਤੇ ਖੁਦ ਨੂੰ ਸਿਹਤਮੰਦ ਰੱਖਣ ਲਈ ਜਿਹੜਾ ਕਿ ਸਵੇਰੇ ਐਕਸਰਸਾਈਜ਼ ਵੀ ਕੀਤੀ ਜਾਵੇ ਤਾਂ ਕਿ ਜਿਹੜਾ ਸਰੀਰ ਹੈ ਉਹ ਬੰਦੇ ਦਾ ਤੰਦਰੁਸਤ ਰਹੇ। ਉਸ ਤੋਂ ਇਲਾਵਾ ਖੁਦ ਨੂੰ ਬਚਾਉਣ ਲਈ ਜਿਹੜਾ ਕਿ ਵੱਧ ਤੋਂ ਵੱਧ ਜਿਹੜਾ ਕੀ ਹੈ ਪਾਣੀ ਪੀਤਾ ਜਾਵੇ। ਮਾਰਕੀਟ ਦੀ ਗੱਲ ਕਰੀਏ ਤੇ ਮਾਰਕੀਟ ਦੇ ਲੋਕਾਂ ਦਾ ਵੀ ਕਹਿਣਾ ਕਿ ਮਾਰਕੀਟ ਦਾ ਹਾਲ ਬਹੁਤ ਮਾੜਾ ਹੋਇਆ ਪਿਆ, ਕਿਉਂਕਿ ਜਿਹੜੇ ਕਸਟਮਰ ਹੈ ਉਹ ਘਰੋਂ ਬਾਹਰ ਨਹੀਂ ਨਿਕਲਦੇ ਪਏ ਹੈਗੇ, ਕੋਈ ਟਾਵਾਂ ਟਾਵਾਂ ਕਸਟਮਰ ਹੀ ਆ ਰਿਹਾ ਜਾਂ ਫਿਰ ਸ਼ਾਮ ਦੇ ਵੇਲੇ ਜਿਹੜੇ ਕੁਝ ਕਸਟਮਰ ਆ ਰਹੇ, ਕਿਉਂਕਿ ਗਰਮੀ ਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਵੀ ਜਿਹੜਾ ਕਿ ਹੋ ਰਿਹਾ, ਕਿਉਂਕਿ ਕੋਈ ਵੀ ਮੌਸਮ ਜਦੋਂ ਜ਼ਿਆਦਾ ਆਪਣੇ ਕਹੀਏ ਤੇ ਰੁੱਦਰ ਰੂਪ ਵਿੱਚ ਹੁੰਦਾ ਵੈ, ਜਦੋਂ ਜ਼ਿਆਦਾ ਗਰਮੀ ਹੋਵੇ ਜਾਂ ਜ਼ਿਆਦਾ ਠੰਡ ਹੋਵੇ ਉਹ ਕਿਤੇ ਨਾ ਕਿਤੇ ਜਿਹੜਾ ਕਿ ਨੁਕਸਾਨ ਕਰਦੀ ਹੈ। ਇਸ ਲਈ ਲੋਕਾਂ ਤੋਂ ਬਾਰ ਬਾਰ ਅਪੀਲ ਇਹੀ ਕਰਦੇ ਪਏ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਖੁਦ ਨੂੰ ਹਾਈਡਰੇਟ ਰੱਖਿਆ ਜਾਵੇ ਤੇ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਵਿੱਚ ਬਾਹਰ ਨਿਕਲੇ, ਨਹੀਂ ਤਾਂ ਖੁਦ ਨੂੰ ਜਿਹੜਾ ਗਰਮੀ ਤੋਂ ਬਚਾ ਕੇ ਰੱਖਿਆ ਜਾਵੇ।